ਬੇਹੱਦ ਭਿਆਨਕ ਹਾਦਸਾ ਵਾਪਰਿਆ ਏ, ਹੈਰਾਨ ਕਰ ਦੇਵੇਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਈਵੇ ਦੀਆਂ ਨੇ, ਜਿੱਥੇ ਇੱਕ ਤੇਜ਼ ਰਫ਼ਤਾਰ ਗੱਡੀ ਆ ਰਹੀ ਹੈ, ਇੱਕ ਹੋਰ ਗੱਡੀ ਨੂੰ ਓਵਰਟੇਕ ਕਰ ਰਹੀ ਹੈ, ਜਿਸ ਤੋਂ ਬਾਅਦ ਡਿਵਾਈਡਰ ਨਾਲ ਟਕਰਾ ਜਾਂਦੀ ਹੈ ਅਤੇ ਟਕਰਾ ਕੇ ਬੇਕਾਬੂ ਹੋ ਜਾਂਦੀ ਹੈ ਅਤੇ ਨਾਲ ਹੀ ਪਾਣੀ ਦੇ ਵਿੱਚ ਸਿੱਧੀ ਜਾ ਕੇ ਡੁੱਬ ਜਾਂਦੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੀਆਂ ਨੇ, ਜਿੱਥੇ ਇਹ ਇੱਕ ਭਿਆਨਕ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਏ। ਹਾਈਵੇ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸਿੱਧਾ ਪਾਣੀ ਦੇ ਵਿੱਚ ਡਿੱਗਦੀ ਹੈ। ਦੱਸਦੀ ਹੈ ਕਿ ਸਕੋਡਾ ਗੱਡੀ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ 4 ਲੋਕ ਸਵਾਰ ਸੀ। ਸੀਸੀਟੀਵੀ ਫੁਟੇਜ 'ਚ ਇਹ ਪੂਰਾ ਹਾਦਸਾ ਕੈਦ ਹੋ ਗਿਆ ਏ। ਇੱਕ ਹੋਰ ਗੱਡੀ ਨੂੰ ਓਵਰਟੇਕ ਕਰਦਿਆਂ ਹੋਇਆਂ ਇਹ ਹਾਦਸਾ ਵਾਪਰਿਆ ਏ। ਗੱਡੀ ਪਹਿਲਾਂ ਓਵਰਟੇਕ ਕਰ ਰਹੀ ਹੈ, ਉਸ ਦੌਰਾਨ ਪੂਰੀ ਜਗ੍ਹਾ ਨਹੀਂ ਮਿਲਦੀ, ਡਿਵਾਈਡਰ ਨਾਲ ਟਕਰਾ ਜਾਂਦੀ ਹੈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਾਣੀ ਦੇ ਵਿੱਚ ਚਲੇ ਜਾਂਦੀ ਹੈ। ਤਾਂ ਬੈਂਗਲੁਰੂ ਮੈਸੂਰ ਹਾਈਵੇ 'ਤੇ ਇਹ ਭਿਆਨਕ ਹਾਦਸਾ ਵਾਪਰਿਆ ਏ, ਜਿੱਥੇ ਇਹ 4 ਲੋਕ ਗੱਡੀ ਦੇ ਵਿੱਚ ਸਵਾਰ ਸਨ। ਸਕੋਡਾ ਗੱਡੀ ਸੀ, ਹਾਲਾਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਜਾਨ ਬਚ ਗਈ ਹੈ, ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰ ਤੇਜ਼ ਰਫ਼ਤਾਰ ਦੇ ਕਾਰਨ ਇੱਕ ਵਾਰ ਫਿਰ ਇਹ ਹਾਦਸਾ ਵਾਪਰਿਆ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਸੀਸੀਟੀਵੀ ਦੇ ਵਿੱਚ ਇਹ ਕੈਦ ਹੋਇਆ ਹੈ ਕਿ ਇੱਕ ਤੇਜ਼ ਰਫ਼ਤਾਰ ਸਕੋਡਾ ਗੱਡੀ ਇੱਕ ਅਗਲੀ ਗੱਡੀ ਨੂੰ ਜਾ ਰਹੀ ਗੱਡੀ ਨੂੰ ਓਵਰਟੇਕ ਕਰ ਰਹੀ ਸੀ, ਤਾਂ ਇਸ ਦੌਰਾਨ ਥੋੜ੍ਹੀ ਜਿਹੀ ਗੱਡੀ ਖਹਿ ਜਾਂਦੀ ਹੈ ਅਤੇ ਡਿਵਾਈਡਰ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਬਿਲਕੁਲ ਖੱਬੇ ਮੁੜ ਜਾਂਦੀ ਹੈ ਅਤੇ ਨਾਲ ਇੱਕ ਪਾਣੀ ਦੇ ਵਿੱਚ ਚਲੇ ਜਾਂਦੀ ਹੈ। ਗੱਡੀ ਸਿੱਧੀ ਡੁੱਬ ਜਾਂਦੀ ਹੈ ਇਸ ਪਾਣੀ ਦੇ ਵਿੱਚ। ਹਾਲਾਂਕਿ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਆਸ ਪਾਸ ਦੇ ਲੋਕ ਪਹੁੰਚਦੇ ਨੇ, ਗੱਡੀ ਸਵਾਰਾਂ ਨੂੰ ਬਾਹਰ ਕੱਢਿਆ ਜਾਂਦਾ ਹੈ, ਹੌਸਪੀਟਲ ਪਹੁੰਚਾਇਆ ਜਾਂਦਾ ਹੈ। ਪਰ ਬੇਹੱਦ ਭਿਆਨਕ ਹਾਦਸਾ ਵਾਪਰਿਆ ਏ, ਬੈਂਗਲੁਰੂ ਮੈਸੂਰ ਹਾਈਵੇ 'ਤੇ ਇਹ ਹਾਦਸਾ ਵਾਪਰਿਆ। ਹਾਈਵੇ 'ਤੇ ਅਕਸਰ ਲੋਕ ਗੱਡੀ ਨੂੰ ਬਹੁਤ ਤੇਜ਼ ਰਫ਼ਤਾਰ 'ਚ ਚਲਾਉਂਦੇ ਨੇ ਅਤੇ ਅਕਸਰ ਹੀ ਅਜਿਹੇ ਭਿਆਨਕ ਹਾਦਸੇ ਵਾਪਰਦੇ ਨੇ, ਤਾਂ ਜ਼ਰੂਰੀ ਇਹੀ ਹੈ ਕਿ ਤੇਜ਼ ਰਫ਼ਤਾਰ ਤੋਂ ਬਚਿਆ ਜਾਵੇ। ਹਾਲਾਂਕਿ ਇਸ ਗੱਡੀ ਦੇ ਵਿੱਚ 4 ਲੋਕ ਸਵਾਰ ਸਨ, ਜੋ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ 4 ਦੀ ਜਾਨ ਬਚ ਗਈ ਹੈ। ਤਾਂ ਇੱਕ ਦਿਲ ਕੰਬਾਊ ਹਾਦਸਾ ਹੋਇਆ ਏ, ਰੂਹ ਕੰਬਾਊ ਹਾਦਸਾ ਹੋਇਆ, ਅਤੇ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ। ਬੇਹੱਦ ਭਿਆਨਕ ਹਾਦਸਾ ਵਾਪਰਿਆ ਏ, ਹੈਰਾਨ ਕਰ ਦੇਵੇਗਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਈਵੇ ਦੀਆਂ ਨੇ, ਜਿੱਥੇ ਇੱਕ ਤੇਜ਼ ਰਫ਼ਤਾਰ ਗੱਡੀ ਆ ਰਹੀ ਹੈ, ਇੱਕ ਹੋਰ ਗੱਡੀ ਨੂੰ ਓਵਰਟੇਕ ਕਰ ਰਹੀ ਹੈ, ਜਿਸ ਤੋਂ ਬਾਅਦ ਡਿਵਾਈਡਰ ਨਾਲ ਟਕਰਾ ਜਾਂਦੀ ਹੈ ਅਤੇ ਟਕਰਾ ਕੇ ਬੇਕਾਬੂ ਹੋ ਜਾਂਦੀ ਹੈ ਅਤੇ ਨਾਲ ਹੀ ਪਾਣੀ ਦੇ ਵਿੱਚ ਸਿੱਧੀ ਜਾ ਕੇ ਡੁੱਬ ਜਾਂਦੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਦੀਆਂ ਨੇ, ਜਿੱਥੇ ਇਹ ਇੱਕ ਭਿਆਨਕ ਹਾਦਸਾ ਸੀਸੀਟੀਵੀ ਦੇ ਵਿੱਚ ਕੈਦ ਹੋਇਆ ਏ। ਹਾਈਵੇ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸਿੱਧਾ ਪਾਣੀ ਦੇ ਵਿੱਚ ਡਿੱਗਦੀ ਹੈ। ਦੱਸਦੀ ਹੈ ਕਿ ਸਕੋਡਾ ਗੱਡੀ ਦੱਸੀ ਜਾ ਰਹੀ ਹੈ, ਜਿਸ ਦੇ ਵਿੱਚ 4 ਲੋਕ ਸਵਾਰ ਸੀ। ਸੀਸੀਟੀਵੀ ਫੁਟੇਜ 'ਚ ਇਹ ਪੂਰਾ ਹਾਦਸਾ ਕੈਦ ਹੋ ਗਿਆ ਏ। ਇੱਕ ਹੋਰ ਗੱਡੀ ਨੂੰ ਓਵਰਟੇਕ ਕਰਦਿਆਂ ਹੋਇਆਂ ਇਹ ਹਾਦਸਾ ਵਾਪਰਿਆ ਏ। ਗੱਡੀ ਪਹਿਲਾਂ ਓਵਰਟੇਕ ਕਰ ਰਹੀ ਹੈ, ਉਸ ਦੌਰਾਨ ਪੂਰੀ ਜਗ੍ਹਾ ਨਹੀਂ ਮਿਲਦੀ, ਡਿਵਾਈਡਰ ਨਾਲ ਟਕਰਾ ਜਾਂਦੀ ਹੈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਾਣੀ ਦੇ ਵਿੱਚ ਚਲੇ ਜਾਂਦੀ ਹੈ। ਤਾਂ ਬੈਂਗਲੁਰੂ ਮੈਸੂਰ ਹਾਈਵੇ 'ਤੇ ਇਹ ਭਿਆਨਕ ਹਾਦਸਾ ਵਾਪਰਿਆ ਏ, ਜਿੱਥੇ ਇਹ 4 ਲੋਕ ਗੱਡੀ ਦੇ ਵਿੱਚ ਸਵਾਰ ਸਨ। ਸਕੋਡਾ ਗੱਡੀ ਸੀ, ਹਾਲਾਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਜਾਨ ਬਚ ਗਈ ਹੈ, ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰ ਤੇਜ਼ ਰਫ਼ਤਾਰ ਦੇ ਕਾਰਨ ਇੱਕ ਵਾਰ ਫਿਰ ਇਹ ਹਾਦਸਾ ਵਾਪਰਿਆ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਸੀਸੀਟੀਵੀ ਦੇ ਵਿੱਚ ਇਹ ਕੈਦ ਹੋਇਆ ਹੈ ਕਿ ਇੱਕ
ਤੇਜ਼ ਰਫ਼ਤਾਰ ਸਕੋਡਾ ਗੱਡੀ ਇੱਕ ਅਗਲੀ ਗੱਡੀ ਨੂੰ ਜਾ ਰਹੀ ਗੱਡੀ ਨੂੰ ਓਵਰਟੇਕ ਕਰ ਰਹੀ ਸੀ ਤਾਂ ਇਸ ਦੌਰਾਨ ਥੋੜ੍ਹੀ ਜਿਹੀ ਗੱਡੀ ਖਹਿ ਜਾਂਦੀ ਹੈ ਅਤੇ ਡਿਵਾਈਡਰ ਨਾਲ ਟਕਰਾ ਜਾਂਦੀ ਹੈ, ਜਿਸ ਤੋਂ ਬਾਅਦ ਬਿਲਕੁਲ ਖੱਬੇ ਮੁੜ ਜਾਂਦੀ ਹੈ ਅਤੇ ਨਾਲ ਇੱਕ ਪਾਣੀ ਦੇ ਵਿੱਚ ਚਲੇ ਜਾਂਦੀ ਆ ਗੱਡੀ, ਸਿੱਧੀ ਡੁੱਬ ਜਾਂਦੀ ਹੈ ਇਸ ਪਾਣੀ ਦੇ ਵਿੱਚ। ਹਾਲਾਂਕਿ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਆਸ ਪਾਸ ਦੇ ਲੋਕ ਪਹੁੰਚਦੇ ਨੇ, ਗੱਡੀ ਸਵਾਰਾਂ ਨੂੰ ਬਾਹਰ ਕੱਢਿਆ ਜਾਂਦਾ ਹੈ, ਹੌਸਪੀਟਲ ਪਹੁੰਚਾਇਆ ਜਾਂਦਾ ਹੈ। ਪਰ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ, ਬੈਂਗਲੁਰੂ ਮਾਈਸੋਰ ਹਾਈਵੇ 'ਤੇ ਇਹ ਹਾਦਸਾ ਵਾਪਰਿਆ। ਹਾਈਵੇ 'ਤੇ ਅਕਸਰ ਲੋਕ ਗੱਡੀ ਨੂੰ ਬਹੁਤ ਤੇਜ਼ ਰਫ਼ਤਾਰ 'ਚ ਚਲਾਉਂਦੇ ਨੇ ਅਤੇ ਅਕਸਰ ਹੀ ਅਜਿਹੇ ਭਿਆਨਕ ਹਾਦਸੇ ਵਾਪਰਦੇ ਨੇ, ਤਾਂ ਜ਼ਰੂਰੀ ਇਹੀ ਹੈ ਕਿ ਤੇਜ਼ ਰਫ਼ਤਾਰ ਤੋਂ ਬਚਿਆ ਜਾਵੇ। ਹਾਲਾਂਕਿ ਇਸ ਗੱਡੀ ਦੇ ਵਿੱਚ 4 ਲੋਕ ਸਵਾਰ ਸਨ ਜੋ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ 4 ਦੀ ਜਾਨ ਬਚ ਗਈ ਹੈ। ਤਾਂ ਇੱਕ ਦਿਲ ਕੰਬਾਊ ਹਾਦਸਾ ਹੋਇਆ ਹੈ, ਰੂਹ ਕੰਬਾਊ ਹਾਦਸਾ ਹੋਇਆ ਅਤੇ CCTV ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ਨੇ।